12 ਹੁਣੇ ਮਾਰਚ ਨੂੰ ਬੰਦੀ ਲੈ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਤੁਸੀਂ ਕੰਮ ਇੱਕ ਮਹੀਨਾ ਕਰਨਾ, ਕਹਿੰਦੇ ਜੀ 15 ਅਪ੍ਰੈਲ ਤੋਂ ਅਸੀਂ ਪੰਜਾਬ 'ਚ ਨਰਮਾ ਵਜਾਉਣਾ, ਨਾਲੇ ਉੱਥੇ ਝੋਨਾ ਵਜਾਉਣਾ। ਉੱਥੇ ਸਾਰੇ ਅਧਿਕਾਰੀ ਬੈਠੇ ਸੀ, IAS ਵੀ ਬੈਠੇ ਸੀ, ਚੀਫ ਬੈਠੇ ਸੀ। ਮੈਂ ਕਿਹਾ 13 ਨੂੰ ਤਾਂ ਵਿਸਾਖੀ ਨੂੰ ਤਾਂ ਅਸੀਂ ਕਣਕਾਂ ਨੂੰ ਲੱਗਾਂਗੇ ਔਰ ਕਣਕ ਕੱਢਾਂਗੇ ਵੀ, ਕੋਈ ਤੂੜੀ ਵੀ ਸਾਂਭਾਂਗੇ, ਕੋਈ ਦਾਣਾ ਫੱਪਾ ਵੇਚਾਂਗੇ ਵੀ, ਸਾਂਭਾਂਗੇ ਵੀ। 15 ਤਰੀਕ ਨੂੰ ਕੋਈ ਨਰਮਾ ਨਹੀਂ ਬੀਜਿਆ ਜਾਂਦਾ, ਇਹ ਤੁਹਾਨੂੰ ਕਿਸੇ ਨੇ ਗਲਤ ਫਹਿਮੀ ਪਾ ਦਿੱਤੀ। ਸਹੀ ਨਰਮਾ ਬੀਜਣ ਦਾ ਜੋ ਸਮਾਂ ਉਹ ਮਈ ਦੇ ਪਹਿਲੇ ਹਫ਼ਤੇ 'ਚ ਸ਼ੁਰੂ ਹੋਊਗਾ। ਉਹ ਆਉਂਦੇ ਜੀ ਫਿਰ ਚੌਲ ਬੀਜਾਂਗੇ, ਚੌਲ ਮੈਂ ਕਿਹਾ ਰਾਜਸਥਾਨ ਤਾਂ ਬੀਜਦੇ ਨਹੀਂ, ਪੰਜਾਬ ਵਾਲੇ 20 ਜੂਨ ਤੋਂ ਬਾਅਦ ਬੀਜਣਗੇ, ਉਹ ਤੋਂ ਪਹਿਲਾਂ ਚੌਲਾਂ ਵਾਸਤੇ ਵੀ ਪਾਣੀ ਨਹੀਂ ਚਾਹੀਦਾ। ਤੁਸੀਂ ਕਿਸੇ ਦੀਆਂ ਗੱਲਾਂ ਜਾ ਕਰਕੇ ਸਾਡੇ ਰਾਜਸਥਾਨ ਦੇ ਕਿਸਾਨਾਂ ਦਾ ਗਲਾ ਨਾ ਘੋਟੋ। ਇਹ ਇਕੱਲੇ ਸਾਡੇ ਮੈਂ ਕਿਹਾ MLA ਤਾਂ ਜ਼ਰੂਰ ਸਾਧੂ ਸ਼ਹਿਰ ਦਾ, ਪਰ ਇਹ ਕਣਕ ਦਾ ਨੁਕਸਾਨ ਸਾਰਾ ਜ਼ਿਲ੍ਹਾ ਗੰਗਾਨਗਰ, ਸਾਰਾ ਜ਼ਿਲ੍ਹਾ ਹਨੂਮਾਨਗੜ੍ਹ, ਸਾਰਾ ਬੀਕਾਨੇਰ, ਜੈਸਲਮੇਰ ਤੱਕ ਜਿੱਥੇ ਜਿੱਥੇ ਲੋਕਾਂ ਦੀ ਬਜਾਰ ਹੋਈ ਵੀ ਹੈ, ਸਾਰੀ ਦੀ ਸਾਰੀ ਕਣਕ ਸਾਫ਼ ਹੋ ਜੂਗੀ। ਤੁਸੀਂ 15 ਦਿਨ ਸਾਨੂੰ 31 ਮਾਰਚ ਤੱਕ ਦਾ ਪਾਣੀ ਦੇ ਦਿਓ, ਸਾਡੀ ਇੱਕ ਇੱਕ ਵਾਰੀ ਲੱਗਦੇ ਜ਼ਿਮੀਂਦਾਰ ਦੇ ਘਰੇ ਦਾਣੇ ਪਹੁੰਚਣ ਜੋਗਰੇ ਹੋ ਜਾਣਗੇ। ਔਰ ਮੈਂ ਪੰਜਾਬ ਦੇ ਸਰਕਾਰ ਦੇ ਵੀ ਉੱਥੇ ਅਸੀਂ ਗੱਲ ਕੀਤੀ, ਸਿੰਚਾਈ ਮੰਤਰੀ ਮੂਹਰੇ ਵੀ ਵਿਸ਼ਾ ਰੱਖਿਆ। ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਵਕਤ ਹੈ ਕਿ ਬੰਦੀ ਬੰਦ ਹੈ, ਬੰਦ ਹੋਣ ਤੋਂ ਬਾਅਦ ਬੰਦੀ ਡਿਕਲੇਅਰ ਹੋਣ ਤੋਂ ਬਾਅਦ ਨਹਿਰ 'ਚ ਪਾਣੀ ਦੁਬਾਰਾ ਆ ਗਿਆ, 850 ਭਾਸ਼ਾ ਚੱਲ। ਇਹਦੇ ਵਾਸਤੇ ਮੈਂ ਮੁੱਖ ਮੰਤਰੀ ਸਿੰਚਾਈ ਮੰਤਰੀ ਜੀ ਦਾ ਵੀ ਧੰਨਵਾਦ।